ਸੰਘਰਸ਼ ਜਾਰੀ ਹੈ। ਕੱਲ੍ਹ ਪੰਜਾਬ ਬਠਿੰਡਾ ਦੇ ਵਿੱਚ ਵੀ ਅਸੀਂ ਸਾਰੀ ਟੀਮ ਨੇ ਸਾਰੇ ਸਮਾਜ ਦੇ ਨਾਲ ਲੈ ਕੇ ਸੰਘਰਸ਼ ਕੀਤਾ ਸੀ ਅਤੇ ਅੱਜ ਜਿਹੜੀ ਮੀਟਿੰਗ ਹੋਈ ਹੈ ਉਹ ਸਾਡੇ ਸਮਾਜ ਦੀ ਮੀਟਿੰਗ ਸੀ। ਉਸ ਸਮਾਜ ਨੇ ਫੈਸਲਾ ਲਿਆ ਕਿ ਕੱਲ੍ਹ ਸਵੇਰੇ ਸਦਭਾਵਨਾ ਚੌਂਕ 'ਚ ਸਵੇਰੇ 8 ਵਜੇ ਅਸੀਂ ਇਕੱਠੇ ਹੋਣਾ ਅਤੇ ਪੀਸਫੁਲੀ ਆਪਣੇ ਹਿਸਾਬ ਨਾਲ ਸਾਰਾ ਉਹ ਜਿਹੜਾ ਰੋਸ ਮਾਰਚ ਹੈ ਉਹਨੂੰ ਅਸੀਂ ਐਂਡ ਕਰਨਾ ਅਤੇ ਵਪਾਰੀ ਵੀਰਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਆਪਣੇ ਜਿਹੜੇ ਕਾਰੋਬਾਰ ਜਾਂ ਦੁਕਾਨਾਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਕੱਲ੍ਹ ਨੂੰ ਬੰਦ ਰੱਖਣ। ਵੈਸੇ ਵੀ ਕੱਲ੍ਹ ਪੰਜਾਬ ਬੰਦ ਦਾ ਸਮਾਂ ਹੈ। ਅਸੀਂ ਰਵਿਦਾਸੀਆਂ ਸਮਾਜ ਦੀ ਤਰਫੋਂ ਆਪ ਜੀ ਦੇ ਮਾਧਿਅਮ ਤੋਂ ਵਪਾਰੀ ਭਰਾਵਾਂ ਨੂੰ, ਸਾਰੇ ਸ਼ਹਿਰ ਦੇ ਭਰਾਵਾਂ ਨੂੰ, ਖਾਸ ਕਰਕੇ ਦਲਿਤ ਭਾਈਚਾਰੇ ਨੂੰ ਅਪੀਲ ਬੇਨਤੀ ਕਰਦੇ ਹਾਂ ਕਿ ਜਿਹੜਾ ਦਿੱਲੀ ਤੁਗਲਕਾਬਾਦ ਵਿਖੇ ਜਿਹੜਾ ਰਵਿਦਾਸ ਜੀ ਮਹਾਰਾਜ ਦਾ ਇਤਿਹਾਸਕ 600 ਸਾਲ ਪੁਰਾਣਾ ਜਿਹੜਾ ਮੰਦਰ ਟੁੱਟਦਾ ਉਹਦੇ ਵਿਰੋਧ ਦੇ ਵਿੱਚ ਸੰਤ ਸਮਾਜ, ਸਰਵਮਾਨਿਆ ਸੰਤ ਸਮਾਜ ਦੀ ਤਰਫੋਂ ਬੰਦ ਦੀ ਕਾਲ ਆਈ ਹੈ ਔਰ ਸਾਰਾ ਦਲਿਤ ਸਮਾਜ ਉਸ ਦਾ ਸਮਰਥਨ ਕਰਦਾ ਹੈ ਔਰ ਇਹਦੇ ਤਹਿਤ ਕੱਲ੍ਹ ਨੂੰ ਸਦਭਾਵਨਾ ਚੋਂ 8 ਵਜੇ ਤੋਂ ਲੈ ਕੇ ਜਦੋਂ ਤੱਕ ਸੰਗਤ ਬੈਠੇਗੀ ਅਸੀਂ ਧਰਨਾ ਦੇਣਾ ਹੈਗਾ, ਸ਼ਾਂਤਮਈ ਧਰਨਾ ਦੇਣਾ ਹੈਗਾ। ਖਾਸ ਕਰਕੇ ਸਾਡਾ ਵਪਾਰੀ ਭਰਾਵਾਂ ਨੂੰ ਫਿਰ ਬੇਨਤੀ ਹੈ ਕਿ ਕੱਲ੍ਹ ਨੂੰ ਆਪਣੇ ਵਪਾਰਕ ਸਥਾਨ ਬੰਦ ਰੱਖਣ, ਸਾਡਾ ਸਾਥ ਦੇ। ਧੰਨਵਾਦ। ਜੈ ਭੀਮ।